भारतीय लोकतंत्र की आत्मा ने। चोणा कराउण वाले व्यक्ति की यह जिम्मेवारी है कि वह इस प्रणाली की जरूरी गोपनीयता और प्रबंधा नूं हमेशा बनाई रखे। ये श्रीमान रवि कुमार जो कि प्रिजाइडिंग ऑफिसर वजो नियुक्त हुए ने। चोण अधिकारी का काम चोणा शुरू होने तो काफी देर पहला शुरू हो जाता है और चोणा खत्म होने के बाद भी जारी रहता है। आओ असी इना दे काम नूं शुरू तो देखिए अते समझिए कि इना दियां जिम्मेवारियां फर्ज अते चोण दे अलग अलग पड़ा की हुंदे ने। नियुक्ति होण ते चोणां तो पहलां दी तैयारी। रवि लई ट्रेनिंग प्रक्रिया नूं समझना, चोण नियमां नूं समझना अते वोट पाउण दे अधिकार नूं जानना बहुत जरूरी है। ਜਾਂ ਇਸ ਤੋਂ ਵੱਧ ਸ਼ੈਡਿਊਲਾਂ ਵਿੱਚ ਜ਼ਰੂਰ ਹਾਜ਼ਰ ਹੋਵੇ ਤਾਂ ਕਿ ਉਹ ਆਪਣੀ ਭੂਮਿਕਾ ਨੂੰ ਸਮਝ ਸਕੇ। ਹੁਣ ਉਸ ਨੂੰ ਪੋਲਿੰਗ ਪਾਰਟੀ ਦੀ ਵਿਸਥਾਰ ਪੂਰਵਕ ਜਾਣਕਾਰੀ ਹੋ ਜਾਏਗੀ। ਵਿਧਾਨ ਸਭਾ ਚੋਣਾਂ ਵਿੱਚ ਇੱਕ ਪ੍ਰੈਜ਼ਾਈਡਿੰਗ ਆਫਿਸਰ, ਤਿੰਨ ਚੋਣ ਅਧਿਕਾਰੀ ਹੁੰਦੇ ਹਨ। ਲੋਕ ਸਭਾ ਚੋਣਾਂ ਵਿੱਚ ਮੈਂਬਰਾਂ ਦੀ ਗਿਣਤੀ 5 ਹੋ ਸਕਦੀ ਹੈ। ਇਹ ਜ਼ਰੂਰੀ ਹੈ ਕਿ ਪ੍ਰੈਜ਼ਾਈਡਿੰਗ ਆਫਿਸਰ ਜ਼ਰੂਰੀ ਇਸ਼ਤਿਹਾਰਾਂ ਅਤੇ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹ ਲਵੇ। ਚੋਣ ਅਧਿਕਾਰੀ ਦੀ ਨਿਯੁਕਤੀ ਇੱਕ ਡਾਟਾਬੇਸ ਵਿੱਚ ਦਰਜ ਯੋਗ ਵਿਅਕਤੀਆਂ ਵਿੱਚ ਰੈਂਡਮਾਈਜ਼ੇਸ਼ਨ ਦੇ ਆਧਾਰ ਤੇ ਕੀਤੀ ਜਾਂਦੀ ਹੈ। ਚੋਣ ਖੇਤਰ ਦੀ ਜਾਣਕਾਰੀ ਟ੍ਰੇਨਿੰਗ ਦੇ ਪਹਿਲੇ ਪੜਾਅ ਤੇ ਜ਼ਾਹਿਰ ਨਹੀਂ ਕੀਤੀ ਜਾਂਦੀ। ਜ਼ਿਆਦਾਤਰ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਉਹ ਪ੍ਰੈਜ਼ਾਈਡਿੰਗ ਆਫਿਸਰ ਹੈ ਜਾਂ ਪੋਲ ਆਫਿਸਰ। ਇਹ ਪਹਿਲਾ ਪੱਤਰ ਸੀ ਜੋ ਰਵੀ ਨੂੰ ਪ੍ਰਾਪਤ ਹੋਇਆ। ਰੈਂਡਮਾਈਜ਼ੇਸ਼ਨ ਦੇ ਦੂਸਰੇ ਪੜਾਅ ਵਿੱਚ ਪੋਲਿੰਗ ਪਾਰਟੀ ਬਣਾ ਦਿੱਤੀ ਜਾਂਦੀ ਹੈ। ਇਹ ਕੰਮ 6 ਤੋਂ 7 ਦਿਨ ਪਹਿਲਾਂ ਹੁੰਦਾ ਹੈ। ਪਰ ਪੋਲਿੰਗ ਸਟੇਸ਼ਨ ਅਜੇ ਵੀ ਜ਼ਾਹਿਰ ਨਹੀਂ ਕੀਤਾ ਜਾਂਦਾ। ਇਸ ਪੜਾਅ ਤੇ ਆਬਜ਼ਰਵਰ ਦਾ ਹੋਣਾ ਜ਼ਰੂਰੀ ਹੈ। ਤੀਸਰੀ ਰੈਂਡਮਾਈਜ਼ੇਸ਼ਨ ਪੋਲਿੰਗ ਪਾਰਟੀ ਦੇ ਆਪਣੇ ਨਿਰਧਾਰਿਤ ਸਟੇਸ਼ਨ ਤੇ ਪਹੁੰਚਣ ਤੋਂ ਥੋੜੀ ਦੇਰ ਪਹਿਲਾਂ ਹੀ ਕੀਤੀ ਜਾਂਦੀ ਹੈ। ਸਮੇਂ ਵੀ ਆਬਜ਼ਰਵਰ ਦਾ ਹਾਜ਼ਰ ਰਹਿਣਾ ਜ਼ਰੂਰੀ ਹੈ। ਪੋਲਿੰਗ ਸਮਾਨ ਦਾ ਇਕੱਠਾ ਕਰਨਾ ਅਤੇ ਪੋਲਿੰਗ ਪਾਰਟੀ ਦੀ ਰਵਾਨਗੀ EVM। ਚੋਣਾਂ ਤੋਂ ਘੱਟੋ ਘੱਟ 1 ਦਿਨ ਪਹਿਲਾਂ ਚੋਣ ਸਮੱਗਰੀ ਇਕੱਠੀ ਕਰਨੀ ਹੁੰਦੀ ਹੈ। ਰਵੀ ਅਤੇ ਉਸਦੀ ਟੀਮ ਨੂੰ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ। ਇਸ ਵਿੱਚ ਸਭ ਤੋਂ ਜ਼ਰੂਰੀ ਹੈ EVM ਦੀ ਸਪੁਰਦਗੀ। ਇਸ ਦੇ 2 ਮੁੱਖ ਹਿੱਸੇ ਹੁੰਦੇ ਹਨ, ਦ ਬੈਲਟ ਯੂਨਿਟ, ਦ ਕੰਟਰੋਲ ਯੂਨਿਟ। EVM ਦੇ ਵਿੱਚ ਵੋਟਰ ਫੋਟੋ ਸ਼ਨਾਖਤੀ ਕਾਗਜ਼ ਪ੍ਰਣਾਲੀ ਹੋ ਸਕਦੀ ਹੈ ਤਾਂ ਕਿ ਮਤਦਾਤਾ ਦੀ ਪਾਰਦਰਸ਼ਿਤਾ ਅਤੇ ਵੈਰੀਫਿਕੇਸ਼ਨ ਆਸਾਨੀ ਨਾਲ ਹੋ ਸਕੇ। ਰਵੀ ਲਈ ਇਹ ਜਾਣਨਾ ਜ਼ਰੂਰੀ ਹੋਏਗਾ ਕਿ EVM ਮਸ਼ੀਨ ਦੇ ਟੈਗ ਚੰਗੀ ਤਰ੍ਹਾਂ ਲੱਗੇ ਹੋਏ ਹਨ ਅਤੇ ਇਹ ਉਸੇ ਪੋਲਿੰਗ ਸਟੇਸ਼ਨ ਨਾਲ ਸੰਬੰਧਿਤ ਹੈ। ਉਹ ਇਸ ਦੀ ਬੈਟਰੀ ਨੂੰ ਚੈੱਕ ਕਰੇਗਾ, ਇਸ ਦੀਆਂ ਤਾਰਾਂ ਚੈੱਕ ਕਰੇਗਾ ਅਤੇ ਜੇਕਰ ਉਹ ਇਸ ਵਿੱਚ ਕੋਈ ਖਾਮੀ ਦੇਖਦਾ ਹੈ ਜਾਂ ਉਹ EVM ਉਸ ਪੋਲਿੰਗ ਸਟੇਸ਼ਨ ਦੀ ਨਹੀਂ ਹੈ ਤਾਂ ਤੁਰੰਤ ਉਸ ਨੂੰ ਬਦਲਣ ਲਈ ਕਹੇਗਾ। ਇਸ ਦੀ ਸੂਚਨਾ ਹਲਕਾ ਮੈਜਿਸਟ੍ਰੇਟ ਜਾਂ ਰਿਟਰਨਿੰਗ ਅਧਿਕਾਰੀ ਨੂੰ ਦੇਵੇਗਾ।
रखन योग गल्लां मशीन दे किसे हिस्से ते किसे तरह दा दबाव ना पाओ किसे भी हिस्से दे कवर अते शटर नू दबाव पाके ना खोलो ईवीएम नू किसे हीटर या गर्म चीज दे नेड़े ना रखो लाख या मोम नू मशीन उपर ना डिगन दियो बैटरी नू मशीन तो अलग ना करो कंट्रोल यूनिट दी बाहरी सील नू गिनती टेबल तक आउन तो पहला ना खोलो केबल कनेक्शन नू उल्टी दिशा विच लगाउन दी कोशिश ना करो हुड दे उपर लगे स्प्रिंग नू दबाउन तो पहला इंटरकनेक्टेड केबल नू ना खिचो द इलेक्टर रोल वोटर सूची दी मार्क्ड कॉपी प्रेजाइडिंग ऑफिसर अते उसदी टीम लई सब तो महत्वपूर्ण दस्तावेज है रवि नू इस दीयां तीन कॉपियां मिलदीयां हन जेकर लोक सभा अते विधान सभा दीयां चोणां इकट्ठियां हुंदीयां हन तां मार्क्ड कॉपियां दी गिणती 5 हो सकती है इन्हां नू मार्क्ड कॉपियां इसलिए कहा जांदा है क्योंकि इस विच वोटर नाल संबंधित नाम PBCSV अते EDC जां प्रॉक्सी वोटर दा इंद्राज हुंदा है मार्क्ड कॉपी लैण तों पहलां रवि ए निर्धारित करेगा कि ओ मुकम्मल अते तरतीब विच हन ए भी चेक करना जरूरी है कि नंबर अते नाम सही तरतीब विच हन छपे होए नंबरां दी तरतीब नू स्याही जां किसे होर ढंग नाल बदलिया तां नहीं गया कोई नवे नंबर तां नहीं जोड़े गए कट्टे होए नाम सही ढंग नाल मार्क कीते गए हन रवि ए यकीनी बनाएगा कि मार्क्ड कॉपी जां इलेक्टरल रोल उपर रिटर्निंग ऑफिसर अते सहायक रिटर्निंग ऑफिसर द्वारा निर्धारित फॉर्मेट विच सर्टिफिकेट साइन कीता होया है ਹੋਰ ਸਮਗਰੀ ਰਵੀ ਵੀ ਬੈਲਟ ਪੇਪਰ ਵੀ ਲਵੇਗਾ ਜੋ ਕਿ ਉਸ ਦੇ ਪੋਲਿੰਗ ਸਟੇਸ਼ਨ ਨਾਲ ਸੰਬੰਧਿਤ ਹੋਣ ਉਹ AST ਲਿਸਟ ਮਤਲਬ ਗੈਰ ਹਾਜ਼ਰ ਵਿਸਥਾਪਿਤ ਅਤੇ ਮਰ ਚੁੱਕੇ ਵੋਟਰਾਂ ਦਾ ਰਿਕਾਰਡ ਵੀ ਲਵੇਗਾ ਉਹ ਇਹ ਵੀ ਚੈੱਕ ਕਰੇਗਾ ਕਿ ਉਸ ਕੋਲ ਚੋਣ ਲੜ ਰਹੇ ਉਮੀਦਵਾਰਾਂ ਦੇ ਨਮੂਨਾ ਹਸਤਾਖਰ ਅਤੇ ਪੋਲਿੰਗ ਏਜੰਟਾਂ ਦੇ ਹਸਤਾਖਰ ਦਾ ਫਾਰਮ ਜ਼ਰੂਰ ਹੋਵੇ ਹੋਰ ਜ਼ਰੂਰੀ ਇਲੈਕਸ਼ਨ ਮਟੀਰੀਅਲ ਪੋਲਿੰਗ ਮਟੀਰੀਅਲ ਦੀ ਲਿਸਟ ਰਜਿਸਟਰ ਆਫ ਵੋਟਰਸ 17A 1 ਕਿਤਾਬ ਵੋਟਰ ਸਲਿਪਸ 1600 ਵਰਕਿੰਗ ਕਾਪੀਸ ਕਲਾਸੀਫਾਈਡ ਸਰਵਿਸ ਵੋਟਰ ਦੀ ਲਿਸਟ ਜਾਂ CSV ਜੇਕਰ ਕੋਈ ਹੈ ਟੈਂਡਰ ਵੋਟਰਾਂ ਲਈ ਬੈਲਟ ਪੇਪਰ V ਨਾਮ ਮਿਟਣ ਵਾਲੀ ਸਿਆਹੀ 10 CC 2 CU ਦੇ ਲਈ ਐਡਰੈਸ ਟੈਗ 5 BU ਲਈ ਐਡਰੈਸ ਟੈਗ 4 ਸਪੈਸ਼ਲ ਟੈਗ 3 EVM ਦੇ ਲਈ ਗ੍ਰੀਨ ਪੇਪਰ ਸੀਲ 4 ਆਊਟਰ ਪੇਪਰ ਸਟ੍ਰਿਪ ਸੀਲ 3 ਰਬਰ ਸਟੈਂਪ ਤੀਰ ਨਿਸ਼ਾਨ ਵਾਲਾ 1 ਸਟੈਂਪ ਪੈਡ ਪਰਪਲ ਕਲਰ 1 ਪ੍ਰੈਜ਼ਾਈਡਿੰਗ ਆਫਿਸਰ ਲਈ ਮੈਟਲ ਸੀਲ 1 ਪ੍ਰੈਜ਼ਾਈਡਿੰਗ ਆਫਿਸਰ ਡਾਇਰੀ 1 ਡਿਸਟਿੰਗੁਇਸ਼ ਮਾਰਕ ਲਈ ਰਬਰ ਸਟੈਂਪ 1 ਰਵੀ ਹੁਣ ਇਹ ਦੇਖ ਰਿਹਾ ਹੈ ਕਿ ਉਸ ਕੋਲ ਸਾਰੇ ਲੋੜੀਂਦੇ ਟ੍ਰੈਸ਼ਰੀ ਫਾਰਮਸ ਹਨ ਇਹ ਸਾਰੇ ਫਾਰਮ ਵੋਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਜ਼ਰੂਰੀ ਹਨ ਫਾਰਮਾਂ ਦੀ ਲਿਸਟ ਚੋਣ ਲੜ ਰਹੇ ਉਮੀਦਵਾਰ ਫਾਰਮ 7A 2 ਚੈਲੇਂਜ ਵੋਟਰਸ ਫਾਰਮ 14A 2 ਅੰਨੇ ਅਤੇ ਇਨਫਰਮ ਵੋਟਰਸ ਫਾਰਮ 14A 2 ਟੈਂਡਰ ਵੋਟਰਾਂ ਦੀ ਲਿਸਟ ਫਾਰਮ 17B 2 ਰਿਕਾਰਡਿਡ ਵੋਟਾਂ ਦਾ ਅਕਾਊਂਟਸ ਫਾਰਮ 17C 10 ਯੂਜ਼ਡ ਪੇਪਰ ਸੀਲਾਂ ਦਾ ਰਿਕਾਰਡ 2 ਚੈਲੇਂਜਡ ਵੋਟਾਂ ਦੀ ਜ਼ਬਤ ਰਾਸ਼ੀ ਦੀ ਕਿਤਾਬ 1 SHO ਪੱਤਰ 4 ਪ੍ਰੈਜ਼ਾਈਡਿੰਗ ਅਫਸਰ ਲਈ ਡੈਕਲੇਰੇਸ਼ਨ ਚੋਣ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਚੋਣ ਖਾਤਮੇ ਤੇ ਪਾਠ 1-4-2 ਸੈੱਟ ਇਲੈਕਟਰਲ ਦੀ ਉਮਰ ਸੰਬੰਧੀ ਡੈਕਲੇਰੇਸ਼ਨ 2 ਉਹ ਵੋਟਰ ਜਿਨ੍ਹਾਂ ਨੇ ਉਮਰ ਘੋਸ਼ਣਾ ਦੇਣ ਤੋਂ ਨਾ ਕੀਤੀ ਦੀ ਲਿਸਟ 10 ਬਲਾਈਂਡ ਅਤੇ ਹੈਂਡੀਕੈਪ ਵੋਟਰਾਂ ਦੇ ਸਹਾਇਕਾਂ ਵੱਲੋਂ ਘੋਸ਼ਣਾ 10 ਪੋਲਿੰਗ ਏਜੰਟ ਦੇ ਪਾਸ ਹਰ ਉਮੀਦਵਾਰ ਲਈ 2 ਵਿਜ਼ਿਟ ਸ਼ੀਟ 2 ਪ੍ਰੈਜ਼ਾਈਡਿੰਗ ਅਫਸਰ ਦੁਆਰਾ ਆਬਜ਼ਰਵਰ ਨੂੰ 16 ਪੁਆਇੰਟ ਦੀ ਜਾਣਕਾਰੀ ਦਾ ਫਾਰਮੇਟ ਇਸ ਦੇ ਨਾਲ ਹੀ ਰਵੀ ਲਈ ਇਹ ਜ਼ਰੂਰੀ ਹੋਏਗਾ ਕਿ ਉਹ ਕਈ ਕਾਗਜ਼ਾਂ ਨੂੰ ਪਾਉਣ ਲਈ ਲਿਫਾਫੇ ਆਪਣੇ ਨਾਲ ਲੈ ਕੇ ਜਾਏ
ਲਿਫਾਫਿਆਂ ਦੀ ਸੂਚੀ ਸਟੈਚੂਰੀ ਅਤੇ ਨਾਨ ਸਟੈਚੂਰੀ ਲਿਫਾਫਿਆਂ ਸੰਬੰਧੀ ਛੋਟੇ ਲਿਫਾਫੇ ਜਾਂ ਸਟੈਚੂਰੀ ਕਵਰ SE81 ਵੋਟ ਲਿਸਟ ਦੀ ਮਾਰਕਡ ਕਾਪੀ SE81 ਵੋਟ ਲਿਸਟ ਦੀ ਹਰ ਕਾਪੀ SE8 ਸਟੈਂਡਰਡ ਬੈਲਟ ਪੇਪਰ ਅਤੇ ਸਟੈਂਡਰਡ ਵੋਟਿੰਗ ਲਿਸਟ ਵਾਸਤੇ ਇੱਕ ਪ੍ਰੈਜ਼ਾਈਡਿੰਗ ਆਫੀਸਰ ਦੁਆਰਾ ਚੋਣ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਘੋਸ਼ਣਾ SE71 ਵੋਟਾਂ ਦੀ ਗਿਣਤੀ ਰਿਕਾਰਡ ਕਰਨ ਲਈ SE51 ਬਦਲੀਆਂ ਵੋਟਾਂ ਦੀ ਲਿਸਟ SE51 ਨਾ ਵਰਤੀ ਅਤੇ ਖਰਾਬ ਹੋਈ ਪੇਪਰ ਸੀਲ SE51 ਪੋਲਿੰਗ ਏਜੰਟ ਦੇ ਨਿਯੁਕਤੀ ਪੱਤਰ SE61 ਬਲਾਈਂਡ ਅਤੇ ਹੈਂਡੀਕੈਪ ਵੋਟਰਾਂ ਦੀ ਲਿਸਟ SE51 ਪ੍ਰੈਜ਼ਾਈਡਿੰਗ ਅਫਸਰ ਡਾਇਰੀ SE61 ਚੋਣ ਡਿਊਟੀ ਸਰਟੀਫਿਕੇਟ SE51 ਕੈਸ਼ ਪ੍ਰਾਪਤੀ ਅਤੇ ਜ਼ਬਤ SE61 ਵੋਟਰ ਦੇ ਸਹਾਇਕ ਦੀ ਘੋਸ਼ਣਾ SE51 ਹਰ ਜ਼ਰੂਰਤਾਂ ਲਈ ਛੋਟੇ ਲਿਫਾਫੇ SE71 ਵੋਟਰਾਂ ਦਾ ਰਜਿਸਟਰ 17A ਵੋਟਰਾਂ ਦੇ ਹਸਤਾਖਰ ਵਾਲਾ ਪੇਪਰ SE81 ਨਿਯਮ 40 ਤਹਿਤ ਪ੍ਰੈਜ਼ਾਈਡਿੰਗ ਅਫਸਰ ਦੀ ਬਰੀਫ ਰਿਕਾਰਡ ਡਾਇਰੀ SE61 ਪਲੇਨ ਲਿਫਾਫੇ SE72 ਅਤੇ SE83 ਨਾ ਵਰਤੇ ਬੈਲਟ ਪੇਪਰ SE75 ਕੋਈ ਹੋਰ ਕਾਗਜ਼ ਜੋ ਰਿਟਰਨਿੰਗ ਅਧਿਕਾਰੀ ਨੇ ਸੀਲ ਕਰਨ ਲਈ ਕਿਹਾ ਹੋਵੇ 1 ਨਾ ਵਰਤੇ ਅਤੇ ਖਰਾਬ ਸਪੈਸ਼ਲ ਟੈਗ ਲਈ ਲਿਫਾਫਾ SE71 ਨਾ ਵਰਤੀ ਅਤੇ ਖਰਾਬ ਸਟ੍ਰਿਪ ਸੀਲ SE71 ਪੋਲਿੰਗ ਸਟੇਸ਼ਨ ਲਈ ਹਰ ਜ਼ਰੂਰੀ ਸਮੱਗਰੀ ਜੋ ਕਿ ਰਵੀ ਅਤੇ ਉਸਦੀ ਟੀਮ ਨੇ ਲੈਣੀ ਹੈ ਸਟੇਸ਼ਨਰੀ ਦੀ ਲਿਸਟ ਪੈਨਸਿਲ 1 ਨੀਲੇ ਬਾਲ ਪੈਨ 3 ਅਤੇ ਲਾਲ ਪੈਨ 1 8 ਖਾਲੀ ਕਾਗਜ਼ 25 ਪਿੰਨਾਂ 1 ਮਾਚਿਸ ਲਾਕ 6 ਸਟਿਕ ਵੋਟਿੰਗ ਕੰਪਾਰਟਮੈਂਟ ਲਈ ਸਮਾਨ 2x2 4 ਸੈੱਟ ਗੂੰਦ 1 ਬੋਤਲ 1 ਬਲੇਡ 4 ਮੋਮਬੱਤੀਆਂ 20 ਮੀਟਰ ਧਾਗਾ ਮੈਟਲ ਰੂਲਰ 1 3 ਕਾਰਬਨ ਪੇਪਰ ਤੇਲ ਆਦਿ ਸਾਫ਼ ਕਰਨ ਲਈ ਕੱਪੜਾ 2 ਪੀਸ ਪੈਕਿੰਗ ਪੇਪਰ 2 ਸ਼ੀਟ ਨਾ ਮਿਟਣ ਯੋਗ ਸਿਆਹੀ ਰੱਖਣ ਲਈ ਕੱਪ 1 24 ਡਰਾਇੰਗ ਪਿੰਨਾਂ 20 ਰਬੜ 1 ਸੈਲੋ ਟੇਪ 1 ਚੈੱਕ ਲਿਸਟ ਇਸ ਵੇਲੇ ਤੱਕ ਪੋਲਿੰਗ ਪਾਰਟੀ ਦੇ ਜਾਣ ਲਈ ਟ੍ਰਾਂਸਪੋਰਟ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ ਪੋਲਿੰਗ ਸਟੇਸ਼ਨ ਦੀ ਸੈਟਿੰਗ ਕਰਨਾ ਇਹ ਵੋਟਾਂ ਦਾ ਦਿਨ ਹੈ ਰਵੀ ਅਤੇ ਉਸਦੀ ਟੀਮ ਸੁਰੱਖਿਆ ਸਟਾਫ ਦੇ ਨਾਲ ਪੋਲਿੰਗ ਸਟੇਸ਼ਨ ਤੇ ਇੱਕ ਦਿਨ ਪਹਿਲਾਂ ਪਹੁੰਚ ਚੁੱਕੀ ਹੈ ਇਹਨਾਂ ਸਾਰੇ ਵਿਅਕਤੀਆਂ ਦੁਆਰਾ ਪੋਲਿੰਗ ਸਟੇਸ਼ਨ ਨੂੰ ਘੱਟੋ ਘੱਟ ਵੋਟਾਂ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਤੱਕ ਤਿਆਰ ਕਰ ਲਿਆ ਜਾਏਗਾ ਇਹਨਾਂ ਨੂੰ ਪੋਲਿੰਗ ਸਟੇਸ਼ਨ ਤੇ ਇੱਕ ਦਿਨ ਪਹਿਲਾਂ ਪਹੁੰਚ ਜਾਣਾ ਚਾਹੀਦਾ ਹੈ ਅਤੇ ਰਾਤ ਉੱਥੇ ਹੀ ਠਹਿਰਨੀ ਚਾਹੀਦੀ ਹੈ EVM ਨੂੰ ਸਿਰਫ ਨਿਰਧਾਰਿਤ ਸਮੇਂ ਤੇ ਹੀ ਖੋਲਿਆ ਜਾਏ ਜੇਕਰ ਕੋਈ ਪੋਲਿੰਗ ਅਫਸਰ ਗੈਰ ਹਾਜ਼ਰ ਹੈ ਤਾਂ ਪ੍ਰੈਜ਼ਾਈਡਿੰਗ ਅਫਸਰ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਵਾਲਾ ਹੋਰ ਲੋੜੀਂਦਾ ਵਿਅਕਤੀ ਆਪਣੇ ਨਾਲ ਲਗਾ ਲਵੇ ਅਤੇ ਜ਼ਿਲ੍ਹਾ ਚੋਣ ਅਫਸਰ ਨੂੰ ਸੂਚਿਤ ਕਰ ਦਵੇ ਗੈਰ ਹਾਜ਼ਰ ਦਾ ਬਦਲਵਾਂ ਪ੍ਰਬੰਧ ਵਿਅਕਤੀ ਕਿਸੇ ਉਮੀਦਵਾਰ ਦਾ ਵਰਕਰ ਨਹੀਂ ਹੋਣਾ ਚਾਹੀਦਾ ਪੋਲਿੰਗ ਸਟੇਸ਼ਨ ਦੀ ਚੈਕਿੰਗ ਇਹ ਨਿਰਧਾਰਿਤ ਕੀਤਾ ਜਾਏ ਕਿ ਚੋਣ ਪ੍ਰਕਿਰਿਆ ਪਾਰਦਰਸ਼ਿਤ ਹੋਵੇ ਅਤੇ ਵੋਟ ਦੀ ਗੋਪਨੀਯਤਾ ਭੰਗ ਨਾ ਹੋਵੇ ਜੇਕਰ ਇਹ ਜ਼ਰੂਰੀ ਹੋਵੇ ਤਾਂ ਲੋੜ ਅਨੁਸਾਰ ਵੋਟਰਾਂ ਨੂੰ ਇੰਦਰਾਜ ਕਰਨ ਲਈ ਸਥਾਨ ਉਪਲਬਧ ਕਰਾਇਆ ਜਾਵੇ ਵੋਟਰਾਂ ਦੇ ਅੰਦਰ ਦਾਖਲ ਹੋਣ ਲਈ ਅਤੇ ਬਾਹਰ ਨਿਕਲਣ ਲਈ
अलग अलग इंदराज होना चाहिए है। जेकर एक ही दरवाजा होवे तां बांस दे डिवाइडर दे नाल दरवाजे नूं दो हिस्सों विच वंडिया जा सकता है। ए यकीनी बनाया जावे कि वोटरां दी आवाजाई अंदर आउण तों बाहर जाण तक आसानी नाल हो सके। पोलिंग एजेंट अजिही जगह ते बैठे होने चाहिए हन जिथों सारी कारवाई चलदी वेख सकन। पर नाल ए भी निर्धारित कर लिया जावे कि ओ वोटरां द्वारा पाई जा रही वोट नूं ना देख सकन। वोटिंग कंपार्टमेंट दरवाजे जां खिड़की तों अजिही स्थिति विच होने चाहिए हन कि गोपनीयता बनी रहे। वोटिंग कंपार्टमेंट जिन्ना हो सके 23 इंच by 23 इंच फ्लेक्स बोर्ड दा बनाया जावे। जेकर गत्ते नाल भी इस नूं चंगी हालत विच बनाण दी संभावना होवे तां इस दी वरतों कीती जा सकती है। वोटिंग कंपार्टमेंट कंट्रोल यूनिट तों थोड़ा दूरी ते रख्या जाना चाहिदा है। बैलेट यूनिट अते कंट्रोल यूनिट नूं जोड़न वाली तार वोटरां नूं कोई असुविधा ना करे, पर ए तार पूरी तरह नजर भी आनी चाहिदी है। जेकर विधानसभा अते लोकसभा दीआं चोणां इकट्ठे हो रहीआं होण तां दोवें ईवीएम्स नूं अलग अलग कंपार्टमेंट विच रख्या जाए अते वड्डे अखरां विच निशान लगाए जाण। चोन टीम किसी भी राजनीतिक पार्टी दे निशान या फोटो नूं पोलिंग एरिया दे नजदीक नहीं लगान देवेगी जदों तक वोट खत्म नहीं हुंदे। पोल स्टेशन दे अंदर किसी भी तरह की अग जलाउण दी मनाही है। जरूरत पैण ते मोमबत्ती जगाओ जद चोन मटीरियल अते ईवीएम नूं सील करना होवे। अग बुझाउण लई पुख्ता प्रबंधां नूं यकीनी बनाया जावे। रवि यानी कि प्रेजाइडिंग ऑफिसर पोलिंग स्टेशन दे बाहर आप निशान लगाएगा। एक नोटिस जिस तों पोलिंग एरिया दा पता चलेगा अते इलेक्टोरल्स बारे जानकारी मिलेगी। एक कॉपी कैंडिडेटां दी लिस्ट वाली जिस विच उनां दे चोन निशान भी होणगे लगाई जाएगी। लोड़ींदियां सहूलतां हर पोलिंग स्टेशन ते हेठ लिखियां घट्टो घट सहूलतां मुहैया कराणियां जरूरी हन। रैंप दी सहूलत, पीण वाले पानी दी सहूलत, लोड़ींदा फर्नीचर, ढुकवीं रोशनी दा प्रबंध, सहायता डेस्क, ठीक दिशा निर्देश, टॉयलेट, लाइन विच लगे वोटरां लई शेड, पोलिंग स्टेशन अंदर कौन दाखिल हो सकदा है, प्रेजाइडिंग ऑफिसर हेठ लिखे व्यक्तियां नूं पोलिंग स्टेशन अंदर दाखिल होण दी इजाजत दे सकता है, वोटरां नूं, पोलिंग अफसरां नूं, हर एक चोण लड़ रहे उम्मीदवार नूं, हर एक चोण लड़ रहे उम्मीदवार दे एक ही पोलिंग एजेंट नूं, चोन कमिशन वालों निर्धारित पत्र सहित किसी भी व्यक्ति नूं, सरकारी कर्मचारी नूं, वोटर द्वारा ना चुके गए बच्चे नूं, ब्लाइंड जां होर लोड़ींदी सहायता लई वोटर दे सहायक नूं, वोटरां दी शनाख्ती या सहायता लई वोट पाउण लई सहायक नूं, पुलिस अते सुरक्षा अमला तद तक पोलिंग स्टेशन अंदर दाखिल नहीं हो सकदा जद तक सुरक्षा प्रबंधा लई इह जरूरी ना होवे। जिवें कि असीं जानदे हां कि पोलिंग स्टेशनां दे सुरक्षा प्रबंधा दी जिम्मेवारी अते पोलिंग स्टेशन दी सुरक्षा दे नाल नियमित तौर ते पोलिंग स्टेशन अंदर दाखले दा सारा प्रबंध केंद्रीय पुलिस बल या CRPF दे कोल हुंदा है। प्रेजाइडिंग ऑफिसर दी मर्जी अते जरूरत अनुसार ही ओ पोलिंग स्टेशन अंदर दाखिल हो सकते हन। ए यकीनी बनाया जावे कि सुरक्षा बल चोणां शुरू होण तों ढुकवां समां पहलां चोण स्टेशन ते पहुंचन। सुरक्षा बल दे जवान पोलिंग स्टेशन दे दरवाजे ते खड़े हो के पोलिंग स्टेशन दे अंदर दीआं गतिविधियां ते नजर रखणगे। जिवें कि पहलां ही कहा गया है कि ओ पोलिंग स्टेशन दे अंदर दाखिल नहीं होणगे। स्थानक पुलिस दी जिम्मेवारी संबंधित इलाके दी साधारण कानून व्यवस्था दी हुंदी है। किसी भी सूरत विच स्थानक राज पुलिस CRPF दे तैनात अधिकारियां दा बदलवा प्रबंध नहीं होएगी। 100-200 मीटर दा इलाका संवेदनशील है। प्रेजाइडिंग ऑफिसर ए ध्यान देगा कि पोलिंग स्टेशन वाली इमारत अते नाल लगदा 100 मीटर दा इलाका उसदे पूर्ण नियंत्रण विच होवे। 100 मीटर दे दायरे विच किसी तरह दा कोई चोन प्रचार ना हो रहा होवे। रवि ने देखिया कि एक उम्मीदवार ने पोलिंग स्टेशन दे 200 मीटर दे दायरे विच अपना पोलिंग बूथ स्थापित कीता है।
ਜੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉੱਥੇ ਨਹੀਂ ਹੋਣਾ ਚਾਹੀਦਾ। ਇਸ ਲਈ ਸੁਰੱਖਿਆ ਅਧਿਕਾਰੀਆਂ ਨੇ ਪੋਲਿੰਗ ਬੂਥ ਨੂੰ 200 ਮੀਟਰ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ। ਮੋਕ ਪੋਲ ਦਾ ਸੰਚਾਲਨ। ਰਵੀ ਪੋਲਿੰਗ ਏਜੰਟ ਦੇ ਨਿਯੁਕਤੀ ਪੱਤਰ ਅਤੇ ਨਮੂਨਾ ਹਸਤਾਖਰ ਚੈੱਕ ਕਰਦਾ ਹੈ। ਰਵੀ ਮੋਕ ਪੋਲ ਕਰਵਾ ਰਿਹਾ ਹੈ। ਅਸਲ ਪੋਲਿੰਗ ਤੋਂ 1 ਘੰਟਾ ਪਹਿਲਾਂ ਘੱਟੋ ਘੱਟ 50 ਵੋਟਾਂ ਮੋਕ ਪੋਲ ਦੁਆਰਾ ਕਰਵਾਈਆਂ ਜਾਣਗੀਆਂ ਜੇਕਰ ਵੀ ਪੈਚ ਪ੍ਰਯੋਗ ਕੀਤਾ ਗਿਆ ਹੈ। ਜੇਕਰ ਪੋਲਿੰਗ ਏਜੰਟ ਹਾਜ਼ਰ ਨਹੀਂ ਹਨ ਤਾਂ 20 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਪ੍ਰਿਜ਼ਾਈਡਿੰਗ ਆਫਿਸਰ, ਮਾਈਕਰੋ ਆਬਜ਼ਰਵਰ ਜਾਂ ਸੈਕਟਰ ਆਫਿਸਰ ਅਤੇ ਪੋਲਿੰਗ ਸਟੇਸ਼ਨ ਤੇ ਹਾਜ਼ਰ ਹੋਰ ਵਿਅਕਤੀਆਂ ਸਾਹਮਣੇ ਹਰ ਇੱਕ ਉਮੀਦਵਾਰ ਨੂੰ ਵੋਟ ਪਾਏਗਾ। ਜੇਕਰ ਇਸੇ ਦੌਰਾਨ ਪੋਲਿੰਗ ਏਜੰਟ ਆ ਜਾਂਦੇ ਹਨ ਤਾਂ ਪ੍ਰਿਜ਼ਾਈਡਿੰਗ ਆਫਿਸਰ ਮੋਕ ਪੋਲ ਨੂੰ ਨਾ ਤਾਂ ਰੋਕੇਗਾ ਅਤੇ ਨਾ ਹੀ ਦੁਬਾਰਾ ਸ਼ੁਰੂ ਕਰੇਗਾ। ਮੋਕ ਪੋਲ ਇੱਕ ਜ਼ਰੂਰੀ ਪੜਾਅ ਹੈ ਅਤੇ ਪ੍ਰਿਜ਼ਾਈਡਿੰਗ ਆਫਿਸਰ ਨੂੰ ਇਸ ਦਾ ਸਰਟੀਫਿਕੇਟ ਦੇਣਾ ਪੈਂਦਾ ਹੈ। ਇਸ ਪੜਾਅ ਤੇ ਸੀਯੂ ਕਲੌਕ ਅਤੇ ਬੈਟਰੀ ਦੀ ਕਾਰਗੁਜ਼ਾਰੀ ਨੂੰ ਦੇਖ ਲੈਣਾ ਚਾਹੀਦਾ ਹੈ। ਮੋਕ ਪੋਲ ਸ਼ੁਰੂ ਹੋਣ ਤੋਂ ਪਹਿਲਾਂ ਕਲੀਅਰ ਦਾ ਬਟਨ ਦਬਾਓ ਅਤੇ ਫਿਰ ਟੋਟਲ ਵਾਲਾ ਬਟਨ ਦਬਾਓ। ਪੋਲਿੰਗ ਏਜੰਟ ਨੂੰ ਦਿਖਾਓ ਕਿ ਈਵੀਐਮ ਵਿੱਚ ਅਜੇ ਤੱਕ ਕੋਈ ਵੋਟ ਨਹੀਂ ਹੋਈ। ਫਿਰ ਮੋਕ ਪੋਲ ਸ਼ੁਰੂ ਕਰਵਾਓ, ਜਿਸ ਦੌਰਾਨ ਹਰ ਇੱਕ ਉਮੀਦਵਾਰ ਵਾਲਾ ਬਟਨ ਲਗਭਗ ਇੱਕੋ ਜਿਹੀ ਗਿਣਤੀ ਵਿੱਚ ਦਬਾਓ। ਨੋਟਾ ਅਤੇ ਬੀਯੂ ਬਟਨ ਵੀ ਕਿੰਨੀ ਵਾਰ ਦਬਾਉਣਾ ਚਾਹੀਦਾ ਹੈ। ਇਹ ਕਲੋਜ਼ ਬਟਨ ਨੂੰ ਦਬਾਓ, ਫਿਰ ਇਨਵੈਲਿਡ ਬਟਨ ਨੂੰ ਦਬਾਓ ਅਤੇ ਯਕੀਨੀ ਬਣਾਓ ਕਿ ਕਲੋਜ਼ ਬਟਨ ਦਬਾਉਣ ਤੋਂ ਬਾਅਦ ਕੋਈ ਵੀ ਵੋਟ ਨਹੀਂ ਪੈ ਸਕਦੀ। ਫਿਰ ਰਿਜ਼ਲਟ ਬਟਨ ਦਬਾਓ ਅਤੇ ਏਜੰਟਾਂ ਨੂੰ ਉਮੀਦਵਾਰ ਅਨੁਸਾਰ ਮੋਕ ਪੋਲ ਦਾ ਰਿਜ਼ਲਟ ਦਿਖਾਓ। ਜਦੋਂ ਉਹ ਸੰਤੁਸ਼ਟ ਹੋ ਜਾਂਦੇ ਹਨ ਤਾਂ ਮੋਕ ਪੋਲ ਨੂੰ ਈਵੀਐਮ ਵਿੱਚੋਂ ਕਲੀਅਰ ਕਰ ਦਿਓ। ਇਸ ਨੂੰ ਕਲੀਅਰ ਕਰਨ ਤੋਂ ਬਾਅਦ ਮੋਕ ਪੋਲ ਸਰਟੀਫਿਕੇਟ ਅਤੇ ਪੋਲਿੰਗ ਏਜੰਟ ਤੇ ਆਬਜ਼ਰਵਰ ਦੇ ਹਸਤਾਖਰ ਕਰਵਾਓ। ਸੀਯੂ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਤੇ ਹੁਣ ਪ੍ਰਿਜ਼ਾਈਡਿੰਗ ਆਫਿਸਰ ਮਸ਼ੀਨ ਨੂੰ ਟੈਗ ਕਰੇਗਾ। ਬੈਲਟ ਯੂਨਿਟ ਪਹਿਲਾਂ ਹੀ ਆਰਓਜ਼ ਵੱਲੋਂ ਸੀਲਡ ਹੈ। ਮੋਕ ਪੋਲ ਦਾ ਰਿਜ਼ਲਟ ਕਲੀਅਰ ਕਰਨਾ ਨਾ ਭੁੱਲੋ ਅਤੇ ਮੋਕ ਪੋਲ ਸਰਟੀਫਿਕੇਟ ਤੇ ਇਸ ਦਾ ਰਿਕਾਰਡ ਰੱਖੋ। ਮੋਕ ਪੋਲ ਦਾ ਡਾਟਾ ਕਲੀਅਰ ਕਰਨ ਤੋਂ ਬਾਅਦ ਸੀਯੂ ਨਿਰਧਾਰਿਤ ਟੈਗ ਨਾਲ ਸੀਲ ਕਰੋ ਅਤੇ ਇਸ ਨੂੰ ਅਸਲ ਪੋਲ ਲਈ ਤਿਆਰ ਰੱਖੋ। ਗ੍ਰੀਨ ਪੇਪਰ ਸੀਲ ਨੂੰ ਰਿਜ਼ਲਟ ਵਾਲੇ ਦੋਨੋਂ ਨਿਰਧਾਰਿਤ ਫਾਰਮਾਂ ਵਿੱਚ ਪਾਓ। ਰਿਜ਼ਲਟ ਸਿਲੈਕਸ਼ਨ ਵਾਲੇ ਕੰਪਾਰਟਮੈਂਟ ਡੋਰ ਨੂੰ ਅੰਦਰੋਂ ਗ੍ਰੀਨ ਪੇਪਰ ਸੀਲ ਨਾਲ ਸੀਲ ਬੰਦ ਕਰੋ। ਸਪੈਸ਼ਲ ਟੈਗ ਨੂੰ ਇਸ ਤਰ੍ਹਾਂ ਲਗਾਓ ਕਿ ਕਲੋਜ਼ ਬਟਨ ਦਿਖਾਈ ਦਿੰਦਾ ਰਹੇ। ਜਿਵੇਂ ਕਿ ਕਲੋਜ਼ ਬਟਨ ਨਜ਼ਰ ਆ ਰਿਹਾ ਹੈ, ਰਿਜ਼ਲਟ ਸੈਕਸ਼ਨ ਨੂੰ ਬੰਦ ਕਰੋ। ਇਹ ਯਕੀਨੀ ਬਣਾਓ ਕਿ ਗ੍ਰੀਨ ਪੇਪਰ ਸੀਲਿੰਗ ਵਿੱਚ ਸੀਲ ਹੋ ਜਾਵੇ ਜਿਸ ਵਿੱਚ ਐਡਰੈਸ ਟੈਗ ਦਾ ਪ੍ਰਯੋਗ ਕੀਤਾ ਗਿਆ ਹੈ। ਹੁਣ ਪੇਪਰ ਸਟ੍ਰਿਪ ਨੂੰ ਸੀਲ ਕਰੋ। ਹੁਣ ਪੇਪਰ ਸਟ੍ਰਿਪ ਨੂੰ ਸੀਲ ਇਸ ਤਰ੍ਹਾਂ ਲਗਾਓ ਕਿ ਗੂੰਦ ਵਾਲਾ ਪੋਰਸ਼ਨ ਬਾਹਰ ਵੱਲ ਜਾਵੇ। ਗ੍ਰੀਨ ਪੇਪਰ ਸੀਲ ਦੇ ਨਾਲ ਹੀ ਇਸ ਨੂੰ ਜੋੜ ਦਿਓ। ਵੈਕਸ ਪੇਪਰ ਕਵਰਿੰਗ ਨੂੰ ਹਟਾਓ।
ग्रीन पेपर सील दे हेठले लेवल नाल जोड़ दियो। हुण बी नूं हटाओ अते इस दे उपर जोड़ दियो। गूंद लगान तो बाद सी हिस्सा उपर आ जावेगा। फिर सी दे उपरों गूंद वाला कागज उतारो अते दोवां नूं चिपकाओ। हुण स्ट्रिप सील लगाओ अते खब्बे पासे तो शुरू करके घुमा के कंट्रोल यूनिट तक ले जाओ। सी स्ट्रिप दा दूजा हिस्सा राइट साइड ते लगाओ अते उसनु डी पॉइंट ते जोड़ दियो। हुन गूंद वाला कागज हटाओ अते ग्रीन पेपर सील नु इथे चिपका दियो। हुन एह असल पोल लई तैयार है। हुन पोल एजेंट नु पेपर स्ट्रिप ते लिखिया सीरियल नंबर नोट करा के उस दे हस्ताखर लो अते नाल ही अपने हस्ताखर भी करो। पोल तो ठीक पहला पोलिंग इलाके दा बीएलओ आ चुका है। ओ पोल दौरान डुप्लीकेट स्लिपां दियां कॉपियां समेत हाजर रहेगा। ए कॉपियां जो कि एक हफ्ता पहला जिला प्रशासन वालों जारी कीतियां जांदियां हन। ਇਹ ਇਸ ਲਈ ਹੈ ਤਾਂ ਜੋ ਕੋਈ ਵੋਟਰ ਆਪਣੀ ਵੋਟਰ ਸਲਿਪ ਗਵਾ ਜਾਂ ਭੁੱਲ ਨਾ ਜਾਵੇ। ਪੋਲਿੰਗ ਨਿਰਧਾਰਿਤ ਸਮੇਂ ਤੇ ਸ਼ੁਰੂ ਹੋਣੀ ਚਾਹੀਦੀ ਹੈ। ਜੇ ਨਹੀਂ ਹੁੰਦਾ ਤਾਂ ਰਵੀ ਨੂੰ ਆਪਣੀ ਪ੍ਰੈਜ਼ਾਈਡਿੰਗ ਆਫੀਸਰ ਵਾਲੀ ਡਾਇਰੀ ਵਿੱਚ ਦੇਰੀ ਦੇ ਕਾਰਨ ਦੱਸਣੇ ਪੈਣਗੇ। ਪ੍ਰੈਜ਼ਾਈਡਿੰਗ ਅਫਸਰ ਵੱਲੋਂ ਤਿੰਨ ਤਰ੍ਹਾਂ ਦੀਆਂ ਡੈਕਲੇਰੇਸ਼ਨ ਦਿੱਤੀਆਂ ਜਾਣਗੀਆਂ। ਪੋਲ ਤੋਂ ਪਹਿਲਾਂ, ਨਵੀਂ ਵੋਟਿੰਗ ਮਸ਼ੀਨ ਲਗਾਉਣ ਸਮੇਂ ਅਤੇ ਪੋਲ ਦੇ ਅੰਤ ਵਿੱਚ। ਰਵੀ ਕੁਮਾਰ ਹੁਣ ਪਹਿਲੀ ਡੈਕਲੇਰੇਸ਼ਨ ਭਰ ਰਿਹਾ ਹੈ ਅਤੇ ਸਾਰੇ ਹਾਜ਼ਰ ਲੋਕਾਂ ਦੇ ਉਸ ਦੇ ਹਸਤਾਖਰ ਲੈ ਰਿਹਾ ਹੈ। ਉਹ ਚੋਣਾਂ ਦੀ ਗੋਪਨੀਯਤਾ ਬਣਾਈ ਰੱਖਣ ਦੇ ਲਈ ਇੱਕ ਵਾਰ ਫਿਰ ਹਦਾਇਤਾਂ ਜਾਰੀ ਕਰਦਾ ਹੈ। ਇਲੈਕਟੋਰਲ ਰੋਲ ਦੀ ਮਾਰਕਡ ਕਾਪੀ ਅਤੇ ਵੋਟਰਾਂ ਦਾ ਰਜਿਸਟਰ ਫਾਰਮ ਨੰਬਰ 17A ਰਾਹੀਂ ਪੋਲਿੰਗ ਏਜੰਟਸ ਨੂੰ ਦਿੰਦਾ ਹੈ। ਹੁਣ ਪੋਲਿੰਗ ਬੂਥ ਅਸਲ ਵੋਟਿੰਗ ਲਈ ਬਿਲਕੁਲ ਤਿਆਰ ਹੈ। ਪੋਲ ਦੇ ਦੌਰਾਨ ਰਵੀ ਕੁਮਾਰ ਦੇ ਅਨੁਸਾਰ ਹੁਣ ਪੋਲ ਸ਼ੁਰੂ ਹੋ ਚੁੱਕੀ ਹੈ। ਪੋਲਿੰਗ ਬੂਥ ਦੇ ਅੰਦਰ ਪੋਲਿੰਗ ਆਫੀਸਰਾਂ ਨੂੰ ਨਿਰਧਾਰਿਤ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ। ਆਓ ਵੇਖੀਏ ਕਿ ਇਹਨਾਂ ਤਿੰਨ ਪੋਲਿੰਗ ਆਫੀਸਰਾਂ ਦੀਆਂ ਕਿਹੜੀਆਂ ਤਿੰਨ ਜ਼ਿੰਮੇਵਾਰੀਆਂ ਹੁੰਦੀਆਂ ਨੇ। ਪਹਿਲਾ ਪੋਲਿੰਗ ਆਫੀਸਰ ਇਹ ਮਾਰਕਡ ਕਾਪੀ ਦੀ ਸੂਚੀ ਦਾ ਇੰਚਾਰਜ ਹੁੰਦਾ ਹੈ। ਵੋਟਾਂ ਦੀ ਸ਼ਨਾਖਤ ਦਾ ਕੰਮ ਕਰਦਾ ਹੈ। ਦੂਸਰਾ ਪੋਲਿੰਗ ਆਫੀਸਰ ਨਾਮ ਮਿਟਣ ਵਾਲੀ ਸਿਆਹੀ ਲਗਾਉਂਦਾ ਹੈ। ਵੋਟਰਾਂ ਵਾਲੇ ਰਜਿਸਟਰ ਫਾਰਮ 17A ਵੋਟਾਂ ਦੀ ਕ੍ਰਮਬੱਧਤਾ ਅਨੁਸਾਰ ਇਲੈਕਟੋਰਲ ਅਤੇ ਇਲੈਕਟੋਰਲ ਦੇ ਸੀਰੀਅਲ ਨੰਬਰ ਦਾ ਰਿਕਾਰਡ ਰੱਖਦਾ ਹੈ। ਤੀਸਰਾ ਪੋਲਿੰਗ ਆਫੀਸਰ ਇਹ ਵੋਟਰ ਸਲਿਪਾਂ ਇਕੱਠੀਆਂ ਕਰਦਾ ਹੈ ਅਤੇ ਸੰਭਾਲ ਕੇ ਰੱਖਦਾ ਹੈ। ਉਂਗਲ ਤੇ ਨਾ ਮਿਟਣ ਵਾਲੀ ਸਿਆਹੀ ਦੇ ਨਿਸ਼ਾਨ ਨੂੰ ਚੈੱਕ ਕਰਦਾ ਹੈ। ਇਸ ਮਗਰੋਂ ਵੋਟਰਾਂ ਨੂੰ ਵੋਟ ਪਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਕੁਝ ਪੋਲਿੰਗ ਸਟੇਸ਼ਨਾਂ ਤੇ ਕੁਝ ਮਾਈਕਰੋ ਆਬਜ਼ਰਵਰਸ ਦੀ ਨਿਯੁਕਤੀ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਬਾਰੇ ਬਾਅਦ ਵਿੱਚ ਗੱਲ ਕੀਤੀ ਜਾਏਗੀ। ਪੋਲਿੰਗ ਦੌਰਾਨ ਵੋਟਰਾਂ ਦੀ ਲਗਾਤਾਰ ਐਂਟਰੀ ਜ਼ਰੂਰੀ ਹੈ। ਬਜ਼ੁਰਗ ਅਪੰਗ ਵਿਅਕਤੀ ਬੱਚਿਆਂ ਵਾਲੀਆਂ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ। ਸੁਣਨ ਅਤੇ ਬੋਲਣ ਤੋਂ ਅਸਮਰੱਥ ਲੋਕਾਂ ਨੂੰ ਵੀ ਖਾਸ ਤਵੱਜੋ ਦਿੱਤੀ ਜਾਂਦੀ ਹੈ। ਰਵੀ ਅਤੇ ਉਸਦੀ ਟੀਮ ਨੂੰ ਵੋਟਿੰਗ ਕੰਪਾਰਟਮੈਂਟ ਵਿੱਚ ਜਾਣ ਦੀ ਆਗਿਆ ਹੈ, ਪਰ ਖਾਸ ਹਾਲਤਾਂ ਵਿੱਚ ਜੇ ਬੈਲਟ ਯੂਨਿਟ ਠੀਕ ਕੰਮ ਨਹੀਂ ਕਰ ਰਿਹਾ ਹੋਵੇ, ਜੇ ਲੱਗੇ ਕਿ ਵੋਟਰ ਕੁਝ ਗਲਤ ਗਤੀਵਿਧੀਆਂ ਕਰ ਰਿਹਾ ਹੈ ਅਤੇ ਜ਼ਿਆਦਾ ਸਮਾਂ ਲਗਾ ਰਿਹਾ ਹੈ। ਪੀਆਰਓ ਪੋਲਿੰਗ ਏਜੰਟ ਦੀ ਹਾਜ਼ਰੀ ਵਿੱਚ ਵੋਟਿੰਗ ਕੰਪਾਰਟਮੈਂਟ ਵਿੱਚ ਦਾਖਲ ਹੁੰਦਾ ਹੈ। ਪੀਆਰਓ ਹੋਣ ਦੇ ਨਾਤੇ ਤੁਹਾਡਾ ਫਰਜ਼ ਹੈ ਤੁਸੀਂ ਆਪਣੇ ਕੰਮ ਨੂੰ ਪੂਰੇ ਧਿਆਨ ਤੇ ਇਮਾਨਦਾਰੀ ਨਾਲ ਕਰੋ। ਇਸ ਲਈ ਸਭ ਤੋਂ ਮਜ਼ਬੂਤ ਟੂਲ ਹੈ ਪ੍ਰੈਜ਼ਾਈਡਿੰਗ ਆਫੀਸਰ ਦੀ ਡਾਇਰੀ। ਰਵੀ ਡਾਇਰੀ ਦੇ ਵੱਖ ਵੱਖ ਕਾਲਮਾਂ ਦੇ ਵਿੱਚ ਵੱਖ ਵੱਖ ਜਾਣਕਾਰੀ ਭਰਦਾ ਹੈ। ਇਸ ਡਾਇਰੀ ਨੂੰ ਨਾਲ ਨਾਲ ਹੀ ਭਰਿਆ ਜਾਂਦਾ ਹੈ। ਵਿਸ਼ੇਸ਼ ਹਾਲਤਾਂ ਨਾਲ ਨਿਪਟਣਾ। ਚੋਣਾਂ ਦੌਰਾਨ ਕਈ ਵਾਰ ਵਿਸ਼ੇਸ਼ ਹਾਲਾਤ ਪੈਦਾ ਹੋ ਜਾਂਦੇ ਹਨ। ਚੈਲੰਜਡ ਵੋਟਾਂ, ਟੈਂਡਰਡ ਵੋਟਾਂ, ਬਲਾਈਂਡ ਅਤੇ ਹੈਂਡੀਕੈਪ ਵੋਟਰਸ, ਪ੍ਰੌਕਸੀ ਵੋਟਰਸ,
ਇੰਡੈਕਸ ਉਂਗਲੀ ਤੋਂ ਬਿਨਾ ਵੋਟਰ, ਦੋਹਾਂ ਹੱਥਾਂ ਦੀਆਂ ਉਂਗਲੀਆਂ ਤੋਂ ਬਗੈਰ ਵੋਟਰ, ਅੰਡਰ ਏਜ ਵੋਟਰ, ਗੋਪਨੀਯਤਾ ਦਾ ਭੰਗ ਹੋਣਾ, ਜ਼ੈਡ ਸੁਰੱਖਿਆ ਵਾਲੇ ਵੋਟਰ, ਵਿਸ਼ੇਸ਼ ਸੁਰੱਖਿਆ ਪ੍ਰਾਪਤ ਵੋਟਰ, ਸਪੈਸ਼ਲ ਚੋਣ ਡਿਊਟੀ ਸਰਟੀਫਿਕੇਟ ਜਾਂ ਡਾਕ ਬੈਲਟ, ਆ ਹੁਣ ਇਹਨਾਂ ਵਿਸ਼ੇਸ਼ ਹਾਲਤਾਂ ਵੱਲ ਝਾਤੀ ਮਾਰਦੇ ਹਾਂ। ਚੈਲੇਂਜਡ ਵੋਟਸ। ਜੇਕਰ ਵੋਟਰ ਦੀ ਪਛਾਣ ਤੇ ਕੋਈ ਸ਼ੱਕ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ? ਪਹਿਲਾਂ ਦੇਖਣਾ ਪਏਗਾ ਕਿ ਕਿਹੜੀਆਂ ਗੱਲਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਸਕਦੇ ਹਾਂ। ਆਓ ਸ਼ੁਰੂ ਕਰਦੇ ਹਾਂ ਕਿ ਕਿਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾਏ ਜਦੋਂ ਵੋਟਰ ਦੀ ਸ਼ਨਾਖਤ ਸਾਬਿਤ ਹੋ ਸਕਦੀ ਹੋਵੇ। ਵੋਟਰ ਦਾ ਨਾਮ, ਲਿੰਗ ਅਤੇ ਉਮਰ, ਪਤਾ, ਰਿਸ਼ਤਾ ਜੋ ਕਿ ਵੋਟਰ ਸੂਚੀ ਵਿੱਚ ਦਰਜ ਹੈ ਦੀ ਮਾਮੂਲੀ ਗਲਤੀ ਨੂੰ ਅਣਗੌਲਿਆ ਕੀਤਾ ਜਾਏ। ਇਸੇ ਤਰ੍ਹਾਂ EPIC ਨੰਬਰ ਜਾਂ ਚੋਣ ਸੂਚੀ ਦੇ ਨੰਬਰ ਦੀ ਗਲਤੀ ਨੂੰ ਅਣਗੌਲਿਆ ਕੀਤਾ ਜਾਏ। ਜਿਸ ਵੋਟਰ ਕੋਲ ਫੋਟੋ ਸ਼ਨਾਖਤੀ ਕਾਰਡ ਚਾਹੇ ਕਿਸੇ ਹੋਰ ਵਿਧਾਨ ਸਭਾ ਹਲਕੇ ਦਾ ਵੀ ਹੋਵੇ ਤਾਂ ਉਸਨੂੰ ਵੋਟ ਪਾਉਣ ਦਿੱਤੀ ਜਾਏ, ਬਸ਼ਰਤੇ ਕਿ ਉਸਦਾ ਨਾਮ ਚੋਣ ਲਿਸਟ ਵਿੱਚ ਹੋਵੇ। ਪੋਲਿੰਗ ਏਜੰਟ ਵੀ ਵੋਟਰ ਦੀ ਪਛਾਣ ਤੇ ਸਵਾਲ ਖੜਾ ਕਰ ਸਕਦੇ ਹਨ। ਉਸਨੂੰ ਅਜਿਹੀ ਹਰ ਚੁਣੌਤੀ ਲਈ 2 ਰੁਪਏ ਜਮ੍ਹਾਂ ਕਰਵਾਉਣੇ ਹੁੰਦੇ ਹਨ। ਉਸਦੀ ਉਸਨੂੰ ਰਸੀਦ ਵੀ ਦਿੱਤੀ ਜਾਂਦੀ ਹੈ। ਅਜਿਹੀ ਹਰ ਇੱਕ ਚੁਣੌਤੀ ਦੀ ਇੱਕ ਇੱਕ ਕਰਕੇ ਪੂਰੇ ਧਿਆਨ ਦੇ ਨਾਲ ਜਾਂਚ ਕਰਨੀ ਹੁੰਦੀ ਹੈ। ਜਿਸ ਵੋਟਰ ਬਾਰੇ ਚੁਣੌਤੀ ਖੜੀ ਕੀਤੀ ਗਈ ਹੁੰਦੀ ਹੈ ਉਸਨੂੰ ਗਲਤ ਜਾਣਕਾਰੀ ਦੇਣ ਦੇ ਕਾਰਨ ਲੱਗਣ ਵਾਲੇ ਜੁਰਮਾਨੇ ਬਾਰੇ ਦੱਸਣਾ ਜ਼ਰੂਰੀ ਹੈ। ਫਾਰਮ 14 ਵਿੱਚ ਚੈਲੇਂਜਡ ਵੋਟਰ ਵਾਲੀ ਲਿਸਟ ਵਿੱਚ ਉਸਦਾ ਨਾਮ ਦਰਜ ਕੀਤਾ ਜਾਂਦਾ ਹੈ, ਉਸਦੇ ਹਸਤਾਖਰ ਜਾਂ ਫਿਰ ਉਸਦੇ ਅੰਗੂਠੇ ਦਾ ਨਿਸ਼ਾਨ ਲਿਆ ਜਾਂਦਾ ਹੈ। ਜੇ ਉਹ ਮਨਾ ਕਰੇ ਤਾਂ ਉਸਨੂੰ ਵੋਟ ਪਾਉਣ ਤੋਂ ਵੀ ਰੋਕ ਦਿੱਤਾ ਜਾਂਦਾ ਹੈ। ਜੇਕਰ ਉਹ ਸਬੂਤ ਦੇਵੇ ਤਾਂ ਵੋਟਰ ਨੂੰ ਉਸਦੀ ਚੁਣੌਤੀ ਦਾ ਜਵਾਬ ਦੇਣ ਲਈ ਕਹੋ। ਜੇਕਰ ਵੋਟਰ ਆਪਣੀ ਸ਼ਨਾਖਤ ਸਾਬਿਤ ਕਰ ਦੇਵੇ ਤਾਂ ਉਸਨੂੰ ਵੋਟ ਪਾਉਣ ਦਿਓ। ਜੇਕਰ ਅਜਿਹਾ ਨਾ ਹੋਵੇ ਤਾਂ ਚੁਣੌਤੀ ਨੂੰ ਮੰਨਦੇ ਹੋਏ ਵੋਟਰ ਨੂੰ ਵੋਟ ਨਾ ਪਾਉਣ ਦਿਓ ਅਤੇ ਪੁਲਿਸ ਦੇ ਹਵਾਲੇ ਕਰ ਦਿਓ। ਸਬੂਤ ਲੈਣ ਲਈ ਤੁਸੀਂ ਲੋਕਲ ਲੋਕਾਂ ਦੀ ਜ਼ਰੂਰਤ ਪੈਣ ਤੇ ਮਦਦ ਲੈ ਸਕਦੇ ਹੋ। ਚੁਣੌਤੀ ਕਰਨ ਵਾਲੇ ਨੂੰ ਚੁਣੌਤੀ ਦੀ ਰਕਮ 2 ਰੁਪਏ ਵਾਪਸ ਕਰ ਦਿਓ। ਜੇਕਰ ਲੱਗੇ ਕਿ ਚੁਣੌਤੀ ਸਹੀ ਮਨਸ਼ਾ ਨਾਲ ਨਹੀਂ ਕੀਤੀ ਗਈ ਤਾਂ ਜਮ੍ਹਾਂ ਕਰਵਾਈ ਫੀਸ ਮੋੜੀ ਨਹੀਂ ਜਾਂਦੀ। ਕਾਲਮ 10 ਦੇ ਵਿੱਚ ਫੋਰਫਿਟ ਲਿਖੋ ਅਤੇ ਰਸੀਦ ਬੁੱਕ ਦੇ ਵਿੱਚ ਵੀ ਲਿਖੋ। ਪ੍ਰੈਜ਼ਾਈਡਿੰਗ ਆਫਿਸਰ ਨੂੰ ਅਜਿਹੇ ਚੈਲੇਂਜਡ ਵੋਟਰਾਂ ਦੀ ਲਿਸਟ ਬਣਾਉਣੀ ਹੁੰਦੀ ਹੈ। ਟੈਂਡਰ ਵੋਟਰਸ। ਟੈਂਡਰ ਬੈਲਟ ਪੇਪਰ ਉਹਨਾਂ ਵੋਟਰਸ ਲਈ ਬਣਾਇਆ ਹੈ ਜਿਨ੍ਹਾਂ ਦੀ ਪਛਾਣ ਦਸਤਾਵੇਜ਼ਾਂ ਦੇ ਆਧਾਰ ਤੇ ਤਾਂ ਸਾਬਿਤ ਹੋ ਜਾਂਦੀ ਹੈ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੋਟ ਪਾ ਕੇ ਜਾ ਚੁੱਕਾ ਹੁੰਦਾ ਹੈ। ਅਜਿਹੇ ਕੰਮ ਦੇ ਲਈ 20 ਪੋਸਟਲ ਬੈਲਟ ਪੇਪਰ ਦਿੱਤੇ ਗਏ ਹੁੰਦੇ ਹਨ। ਬੈਲਟ ਪੇਪਰ ਤੇ ਜੇ ਮੋਹਰ ਨਾ ਲੱਗੀ ਹੋਵੇ ਤਾਂ ਵੋਟਰ ਨੂੰ ਇਹ ਦੇਣ ਤੋਂ ਪਹਿਲਾਂ ਟੈਂਡਰ ਪੋਸਟਲ ਬੈਲਟ ਲਿਖਿਆ ਜਾਂਦਾ ਹੈ। ਫਾਰਮ ਨੰਬਰ 17-20 ਦੇ ਵਿੱਚ ਟੈਂਡਰ ਵੋਟਰ ਦੇ ਹਸਤਾਖਰ ਤੇ ਅੰਗੂਠੇ ਦਾ ਨਿਸ਼ਾਨ ਲਗਾਓ ਅਤੇ ਟੈਂਡਰ ਵੋਟਰਾਂ ਦੀ ਲਿਸਟ ਦੀ ਤਿਆਰੀ ਕਰੋ। ਰਵੀ ਪੈ ਰਹੀਆਂ ਵੋਟਾਂ ਦੀ ਪ੍ਰਕਿਰਿਆ ਦੀ ਦੇਖਰੇਖ ਕਰ ਰਿਹਾ ਹੈ। ਉਹ ਵੋਟਰ ਨੂੰ ਵੋਟ ਵਾਲੀ ਸਿਆਹੀ ਅਤੇ ਰਬੜ ਸਟੈਂਪ ਦਿੰਦਾ ਹੈ ਜਿਸ ਨਾਲ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਤੇ ਮੋਹਰ ਲਗਾ ਕੇ ਵੋਟਰ ਪੋਸਟਲ ਬੈਲਟ ਫੋਲਡ ਕਰਕੇ ਰਵੀ ਨੂੰ ਦੇ ਦਿੰਦਾ ਹੈ। ਰਵੀ ਅਜਿਹੀਆਂ ਸਭ ਵੋਟਾਂ ਅਤੇ ਇਹਨਾਂ ਦੇ ਰਿਕਾਰਡ ਨੂੰ ਫਾਰਮ ਨੰਬਰ 17-20 ਦੇ ਵਿੱਚ ਦਰਜ ਕਰਕੇ ਸੰਭਾਲ ਲੈਂਦਾ ਹੈ।